ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਪੰਜਾਬੀ ਬ੍ਰੌਡਕਾਸਟਰ ਵੱਲੋਂ ਤਾਂ ਇੱਕ ਆਸ ਕਰਦੇ ਹਾਂ ਵੀ ਸਾਰੇ ਵਧੀਆ ਹੋਣਗੇ ਤਾਂ ਅੱਜ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਏ ਸੀ ਜਿਹੜੀ ਦੀ ਮਤਲਬ ਸਬਜ਼ੀ ਦੇ ਉੱਤੇ ਹੈ ਸਬਜ਼ੀ ਦੇ ਵਿੱਚ ਜੇ ਖੇਤੀ ਦੇ ਵਿੱਚ ਗੱਲ ਕਰੀਏ ਤਾਂ ਬੈਂਗਣਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ ਜਿਹੜੀ ਕਿ ਸਬਜ਼ੀ ਅੱਜ ਕੱਲ੍ਹ ਦੇ ਮੁਤਾਬਕ ਹੋਲਸੇਲ ਦੇ ਵਿੱਚ ਵੀ 20-22 ਰੁਪਏ ਵਿਕ ਰਹੀ ਹੈ ਅਤੇ ਬੈਨੀਫਿਟ ਵੀ ਬਹੁਤ ਵਧੀਆ ਮਿਲਦਾ ਇਹਦੇ ਨਾਲ ਅਤੇ ਉਹਦੇ ਬੈਂਗਣਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਅਤੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਏਕੜ ਦੇ ਵਿੱਚ ਕਿੰਨਾ ਬੈਂਗਣ ਤਿਆਰ ਹੋ ਜਾਂਦਾ ਹੈ ਅਤੇ ਕਿੰਨਾ ਕੁ ਬੈਨੀਫਿਟ ਹੈ ਅਤੇ ਅੱਜ ਗੱਲ ਕਰਦੇ ਹਾਂ ਬਾਈ ਨਾਲ। ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਦੇ ਉੱਤੇ। ਤਾਂ ਅੱਜ ਗੱਲ ਕਰਾਂਗੇ ਆਪਾਂ ਬੈਂਗਣਾਂ ਦੀ ਪਨੀਰੀ ਬਾਰੇ। ਠੀਕ ਹੈ ਜੀ। ਤਾਂ ਇਹ ਜਦੋਂ ਆਪਾਂ ਪਨੀਰੀ ਤਿਆਰ ਕਰਦੇ ਹਾਂ ਹਾਂਜੀ ਤਾਂ ਇਹ ਕਿੰਨੇ ਟਾਈਮ 'ਚ ਪਨੀਰੀ ਤਿਆਰ ਹੁੰਦੀ ਹੈ? ਪਨੀਰੀ ਜੀ 25 ਤੋਂ 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ। ਠੀਕ ਹੈ। ਉਹਨੂੰ ਦੁਬਾਰਾ ਦੂਸਰੀ ਜਗ੍ਹਾ ਸ਼ਿਫਟ ਕਰਨ 'ਚ 35 ਦਿਨ ਲਾ ਲਓ, 35 ਦਿਨਾਂ ਬਾਅਦ ਸ਼ਿਫਟ ਕਰ ਦਿਓ। ਠੀਕ ਹੈ। ਅਤੇ ਲੰਬਾਈ ਵਰਗ ਚੌੜਾਈ 3x3 ਫੁੱਟ 'ਤੇ ਦੂਰੀ 'ਤੇ ਲਾਉਣੇ ਚਾਹੀਦੇ ਆ। ਇੱਕ ਇੱਕ ਬੂਟਾ ਮਤਲਬ? ਹਾਂ, ਇੱਕ ਇੱਕ ਬੂਟਾ। ਠੀਕ ਹੈ। ਜੇ 2 ਕਿੱਲੇ ਦੀ ਲੰਬਾਈ ਹੈ, 40 ਕਰਮ ਦੀ ਲੰਬਾਈ ਹੈ, ਅਤੇ ਉਹਦੀ ਲੰਬਾਈ ਬਣਦੀ ਹੈ 222 ਫੁੱਟ। ਠੀਕ ਹੈ। ਅਤੇ ਉਹਦੇ 70 ਬੂਜੇ ਲੱਗਣਗੇ। ਟੋਟਲ 70 ਬੂਟੇ ਲੱਗ ਜਾਣਗੇ ਇੱਕ ਲਾਈਨ 'ਤੇ? 70 ਬੂਟੇ ਲੱਗਣਗੇ। ਠੀਕ ਹੈ, ਮਤਲਬ 3x3 ਦਾ ਗੈਪ ਰੱਖ ਕੇ ਆਪਾਂ 70 ਬੂਟੇ ਲਾ ਸਕਦੇ? 70 ਬੂਟੇ ਇੱਕ ਲਾਈਨ 'ਤੇ ਲੱਗ ਜਾਣਗੇ। ਠੀਕ ਹੈ ਜੀ। ਜੇ ਤੁਸੀਂ 2 ਕਿਨਾਰ 'ਚ ਬੈਂਗਣ ਲਾਉਣੇ ਆ ਤਾਂ ਤੁਹਾਡੀਆਂ ਖਾੜੀਆਂ ਜੇ 15 ਜਾਂ 10 ਹੋਣੀ ਹੈ, ਉਸੇ ਹਿਸਾਬ 'ਤੇ ਤੁਸੀਂ ਔਸਤ ਲਾ ਲਓ ਕਿ ਮੇਰੇ 700 ਬੂਟੇ ਲੱਗੇ, 800 ਲੱਗੇ। ਠੀਕ ਹੈ। ਅਤੇ ਇੱਕ ਬੂਟੇ ਦੀ ਲੰਬਾਈ ਬੈਂਗਣ ਦੀ ਜੋ ਫਸਲ ਹੈ 2 ਮਹੀਨੇ ਬਾਅਦ ਤਿਆਰ ਹੋ ਜਾਂਦੀ ਹੈ। ਮਤਲਬ ਇੱਕ ਵਾਰ ਜਦੋਂ 20 ਤੋਂ 25 ਦਿਨਾਂ ਬਾਅਦ ਆਪਾਂ ਪਨੀਰੀ ਤਿਆਰ ਕਰਕੇ ਲਾਤੀ? ਉਦੋਂ ਲਾਤੀ, ਉਸ ਤੋਂ ਬਾਅਦ ਮਤਲਬ 2 ਮਹੀਨੇ ਮਤਲਬ ਹੋਰ ਖੇਤ ਦੇ ਵਿੱਚ ਤਿਆਰ ਹੋਊਗਾ ਫਸਲ? ਠੀਕ ਹੈ, ਪੌਦਾ ਤਿਆਰ ਹੋਊਗਾ ਮਤਲਬ? ਹਾਂ, ਮਤਲਬ 20 ਦਿਨਾਂ ਦਾ ਜਦੋਂ ਪੌਦਾ ਆਪਾਂ ਪਨੀਰੀ ਲਾਏ ਨੂੰ 20-25 ਦਿਨ ਹੋ ਜਾਂਦੇ ਹੈ। ਹਾਂਜੀ। ਉਹਦੇ ਬਾਅਦ 'ਚ ਗੋਡੀ ਕਰਕੇ ਖਾਦ ਪਾ ਕੇ DAP ਯੂਰੀਆ ਅਤੇ ਮਿੱਟੀ ਬੂਟੇ ਨਾਲ ਲਾ। ਫਸਟ ਟਾਈਮ ਕਿੰਨੀ ਪਾਉਣੀ ਪੈਂਦੀ ਹੈ? ਮਤਲਬ ਪਹਿਲਾਂ ਜਦੋਂ ਆਪਾਂ ਪਾਣੀ ਲਾਉਣੇ ਆ ਉਸ ਟਾਈਮ ਲੱਗਦੀ ਹੈ ਜਾਂ ਕਿਵੇਂ? ਬੂਟੇ ਤਿਆਰ ਪਹਿਲਾਂ ਤਾਂ ਜ਼ਮੀਨ 'ਚ ਲਾ ਦਿਓ ਖਾਦ। ਠੀਕ ਹੈ, ਖਾਦ ਲਾ। ਜਿਵੇਂ ਤਿਆਰ ਕੰਬਾਇਨ ਕਰਦੇ ਉਦੋਂ ਬੀਜ ਦਿਓ ਖਾਦ DAP ਖਰੀਦੋ। ਹਾਂ, ਠੀਕ ਹੈ। ਜਦੋਂ ਪੌਦੇ ਲੱਗ ਕੇ ਤਿਆਰ ਹੋ ਗਏ ਹੈ ਉਹਦੇ ਬਾਅਦ 'ਚ 20-25 ਦਿਨਾਂ ਬਾਅਦ ਜਦੋਂ ਦੁਬਾਰਾ ਮਿੱਟੀ ਲਾਓਗੇ ਪੌਦੇ ਦੇ ਨਾਲ, ਉਦੋਂ ਕੋਈ 5-5, 10-10 ਕਿਲੋ ਖਾਦ ਕਿੱਲੇ ਮਗਰ ਫਿਰ ਪਾ ਦਿਓ, ਯੂਰੀਆ ਪਾ ਦਿਓ। ਯੂਰੀਆ ਪਾ ਕੇ ਮਿੱਟੀ ਲਾ ਦਿਓ। ਠੀਕ ਹੈ। ਜਦੋਂ ਪਾਣੀ ਲਾਓਗੇ, ਮੱਛਰ ਹੈ ਤਾਂ ਸਪਰੇ ਕਰ ਦਿਓ, ਜੇ ਸੁੰਡੀ ਆਉਂਦੀ ਹੈ ਤਾਂ ਸੁੰਡੀ ਵਾਲੀ ਸਪਰੇ। ਸੁੰਡੀ ਮਤਲਬ ਕਿੰਨੇ ਟਾਈਮ ਬਾਅਦ ਆਉਂਦੀ ਹੈ? ਇਹ ਸੁੰਡੀ ਸਪਰੇ ਦਾ ਟਾਈਮ ਇਹਨੂੰ ਥੋੜ੍ਹਾ ਗੰਨਾ ਤਾਂ ਚੱਲਦਾ ਹੀ ਰਹਿੰਦਾ ਹੈ ਅਤੇ ਜੂਨ ਜੁਲਾਈ ਦੇ ਮਹੀਨੇ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ ਜੀ। ਇਹ ਅਕਤੂਬਰ ਤੱਕ ਸੁੰਡੀ ਦਾ ਦਾਵ ਜ਼ਿਆਦਾ ਰਹਿੰਦੀ ਹੈ। ਜਿਹੜੀ ਸੁੰਡੀ ਵਾਰ ਵਾਰ ਆਉਂਦੀ ਹੈ ਅਤੇ ਉਹਦੇ 'ਚ ਇੱਕ ਹਫ਼ਤੇ ਦੇ ਵਿੱਚ ਇੱਕ ਸਪਰੇ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ ਮਤਲਬ ਸੁੰਡੀ ਵਾਸਤੇ? ਹਾਂ। ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਇਹ ਇੱਕ ਸੁੰਡੀ ਵਾਸਤੇ ਸਪਰੇ ਕਰਨੀ ਪੈਂਦੀ ਹੈ, ਇਸ ਤੋਂ ਇਲਾਵਾ ਤਾਂ ਕੋਈ ਹੋਰ ਨਹੀਂ? ਉਹਦੇ ਇਲਾਵਾ ਜਿਵੇਂ ਫਲ ਫੂਲ ਵਧਾਉਣਾ ਹੈ ਅਤੇ ਫਲ ਫੂਲ ਵਾਸਤੇ ਕੋਈ ਚੰਗੀ ਵਰਾਇਟੀ ਦੀ ਕੁਆਲਿਟੀ ਦੀ ਸਪਰੇ ਆਪਦੇ ਡਾਕਟਰ ਰਾਹੀਂ ਪੁੱਛ ਕੇ ਕਰ ਸਕਦੇ ਹਾਂ। ਠੀਕ ਹੈ, ਕਰ ਸਕਦੇ ਹਾਂ। ਮਤਲਬ ਫਸਟ ਟਾਈਮ ਜਦੋਂ ਆਪਾਂ ਪਨੀਰੀ ਲਾ ਤੀ ਤਾਂ ਉਹਨੂੰ ਪਾਣੀ ਕਿੰਨੇ ਟਾਈਮ ਬਾਅਦ ਦੇਣਾ ਪੈਂਦਾ? ਪਨੀਰੀ ਲਾ ਤੀ ਤਾਂ ਮਤਲਬ 2 ਪਾਣੀ ਤੋਂ ਹਫ਼ਤੇ ਤੋਂ ਪਹਿਲਾਂ ਲਾਉਣੇ ਪੈਣਗੇ। ਪਹਿਲਾਂ ਉਸ ਤੋਂ ਬਾਅਦ ਕੋਈ ਲੋੜ? ਉਸ ਤੋਂ ਬਾਅਦ 10 ਦਿਨਾਂ ਬਾਅਦ ਪਾਣੀ ਲਾ ਦਿਓ, 15 ਦਿਨਾਂ ਬਾਅਦ ਲਾ ਦਿਓ। ਬੈਂਗਣ ਮਤਲਬ ਮਰਦਾ, ਟਾਈਮ ਟੂ ਟਾਈਮ ਗੈਪ ਪਈ ਜਾਊ? ਹਾਂ, ਮਰਦਾ ਨਹੀਂ ਬੈਂਗਣ। ਜਿਵੇਂ ਜਿਵੇਂ ਪੌਦੇ ਵੱਡੇ ਹੋਈ ਜਾਣਗੇ ਉਨਾ ਪਾਣੀ ਲੇਟ ਕਰੀ ਜਾਊਗਾ ਤਾਂ ਕੋਈ ਦਿੱਕਤ ਨਹੀਂ ਆਉਂਦੀ। ਠੀਕ ਹੈ। ਮਤਲਬ ਜੇ ਆਪਾਂ ਗੱਲ ਕਰੀਏ ਤਾਂ ਜੇ ਇੱਕ ਏਕੜ ਮਗਰ ਲਾਉਣੀ ਹੈ ਤਾਂ DAP ਦਾ ਇੱਕ ਗੱਟਾ ਬਹੁਤ ਹੈਗਾ? ਹਾਂ, ਇੱਕ ਗੱਟਾ DAP। ਅਤੇ ਜੇ ਮਤਲਬ 15-15 ਦਿਨਾਂ ਬਾਅਦ DAP 15-15 ਕਿਲੋ ਪਾਉਣੀ ਹੈ ਕਨਾਲ ਮਗਰ? 10 ਕਿਲੋ DAP ਪਾਉਣੀ ਹੈ ਅਤੇ 10 ਕਿਲੋ ਯੂਰੀਆ ਪਾਉਣੀ ਹੈ। ਠੀਕ ਹੈ। 20 ਦਿਨਾਂ ਬਾਅਦ ਪਾ ਦਿਓ, 25 ਦਿਨਾਂ ਬਾਅਦ ਪਾ ਦਿਓ। ਜਿਵੇਂ ਜਿਵੇਂ ਜਿੰਨੀ ਖੁਰਾਕ ਪਾਓਗੇ ਉਨਾ ਫਲ ਜ਼ਿਆਦਾ ਦੇਊਗਾ। ਠੀਕ ਹੈ। ਮਤਲਬ 3 ਮਹੀਨਿਆਂ ਬਾਅਦ ਇਹ ਫਲ ਦੇਣ ਲੱਗ ਜਾਂਦਾ? ਫਲ ਤੋਂ ਬਾਅਦ ਇਹ ਮਤਲਬ ਜਿਹੜਾ ਆਪਾਂ ਬੂਟੇ ਦੇ ਉੱਤੇ ਇੱਕ ਬੂਟੇ ਮਗਰ ਕਿੰਨੇ ਕੁ ਬੈਂਗਣ ਲੱਗਦੇ ਨੇ? ਇੱਕ ਬੂਟੇ ਮਗਰ 2 ਕਿਲੋ ਵੀ ਲੈ ਸਕਦੇ, 4 ਵੀ ਲੈ ਸਕਦੇ ਆ। ਜਿੰਨਾ ਪੌਦਾ ਵੱਡਾ ਹੋਊਗਾ, ਠੀਕ ਹੈ, 5 ਕਿਲੋ ਤੱਕ ਬੈਂਗਣ ਲੈ ਸਕਦਾ। ਫਿਰ ਇਹ ਰੈਗੂਲਰ ਕਿੰਨੇ ਮੰਥ ਤੱਕ ਚੱਲਦੇ ਨੇ? ਮਤਲਬ ਜਦੋਂ ਆਪਾਂ ਮਾਰਚ ਜੁਲਾਈ ਦੇ ਵਿੱਚ ਆਪਾਂ ਇਹਨੂੰ ਫਲ ਦੇਣ ਲੱਗ ਗਏ, ਫਲ ਤੋਂ ਬਾਅਦ ਇਹ ਕਿੰਨਾ ਟਾਈਮ ਰੈਗੂਲਰ? ਇਹ ਦਸੰਬਰ ਤੱਕ ਫਲ ਦੇਣਗੇ ਬਰਾਬਰ। ਅੱਛਾ, ਦਸੰਬਰ ਤੱਕ? ਬਹੁਤ ਲੰਮਾ ਟਾਈਮ ਚੱਲਦੇ ਆ। ਲੰਮਾ ਟਾਈਮ ਚੱਲਦੇ ਆ ਅਤੇ ਜਨਵਰੀ ਔਰ ਫਰਵਰੀ ਵਰ 2 ਮਹੀਨੇ ਬੰਦ ਹੋਣਗੇ। ਠੀਕ ਹੈ। ਦੁਬਾਰਾ ਮਾਰਚ ਦੇ ਵਿੱਚ ਇਹਨੂੰ ਫਰਵਰੀ 'ਚ ਖਾਦ ਪਾਣੀ ਦੁਬਾਰਾ ਦੇ ਦਿਓ ਗੋਡੀ ਕਰਕੇ। ਠੀਕ ਹੈ। ਅਤੇ ਮਾਰਚ ਦੇ ਵਿੱਚ ਇਹ ਦੁਬਾਰਾ ਫਲ ਤੁਹਾਨੂੰ ਦੇਊਗਾ। ਠੀਕ ਹੈ। ਉਸ ਅਗਲੇ ਸਾਲ ਵੀ ਉਹ ਉਸੇ ਬੂਟੇ ਨੂੰ ਫਲ ਦੇਣਾ? ਉਸ ਫਲ ਨੂੰ ਦੇ ਜੂਗਾ।
ਚਲੋ ਠੀਕ ਹੈ, ਇਹ ਤਾਂ ਬਹੁਤ ਵਧੀਆ ਜਾਣਕਾਰੀ ਹੈ ਵੀ ਉਸੇ ਫਸਲ ਨੂੰ ਆਪਾਂ ਦੁਬਾਰਾ ਫੇਰ ਹੀ ਉਸੇ ਤੋਂ ਫਸਲ ਲੈ ਸਕਦੇ ਹਾਂ ਨਾ। ਇੱਕ ਵਾਰ ਜੇ ਨਹੀਂ ਗੱਲ ਕਰੀਏ ਤਾਂ ਹੋਲਸੇਲ ਦੇ ਵਿੱਚ ਇਸ ਟਾਈਮ ਮਤਲਬ ਹੁਣ 2022 ਚੱਲ ਰਿਹਾ ਹੈਗਾ, ਹਾਂ ਇਸ ਮਹੀਨੇ ਦੇ ਵਿੱਚ 22 ਤੋਂ ਲੈ ਕੇ 28 ਰੁਪਏ ਤੱਕ ਵਿਕਰੀ ਇਹਦਾ ਰੇਟ ਚੱਲ ਰਿਹਾ। ਬੋਲੀ ਤੇ ਤਾਂ ਰੇਟ ਬੋਲੀ ਤਾਂ ਇਹ ਰੇਟ ਹੈ, ਰੇਟ ਬਹੁਤ ਵਧੀਆ ਮਿਲ ਰਿਹਾ ਹੈਗਾ ਤਕਰੀਬਨ। ਜੇ ਗੱਲ ਕਰੀਏ 20-22 ਰੁਪਏ ਬੋਲੀ ਤੇ ਵਿਕ ਰਹੀ ਹੈ ਸਬਜ਼ੀ ਤਾਂ ਬਹੁਤ ਵਧੀਆ ਹੀ ਰੇਟ ਹੈਗਾ। ਤਾਂ ਤੁਸੀਂ ਹੁਣ ਕਿੰਨਾ 2 ਕਨਾਲ ਲਾਈ ਹੋਈ ਹੈ? ਇਹ 1.5 ਕਨਾਲ ਜਗ੍ਹਾ ਹੋਊਗੀ। ਠੀਕ ਹੈ, ਅਤੇ ਇਹਦੇ 'ਚ ਕੋਈ ਤੀਸਰੇ ਦਿਨ ਚੌਥੇ ਦਿਨ 50-60 ਕਿਲੋ 70 ਕਿਲੋ ਲੈ ਜਾਂਦੇ ਹਾਂ ਤੋੜ ਕੇ ਤੀਸਰੇ ਦਿਨ। ਹਾਂ ਸੀਜ਼ਨ ਦੇ ਵਿੱਚ ਬਾਈ ਸਾਨੂੰ ਐਂ ਦੱਸੋ, ਜਦੋਂ ਤੁਸੀਂ ਇਹ ਸਬਜ਼ੀ ਪਹਿਲਾਂ ਵੀ ਲਾਈ ਸੀ ਬੈਂਗਣ ਦੀ ਤਾਂ ਉਦੋਂ ਵਿੱਚ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੋਇਆ? 1 ਕਨਾਲ ਦੇ ਮੁਤਾਬਕ ਆਪਾਂ ਚੱਲੀਏ ਤਾਂ 1 ਕਨਾਲ 'ਚ ਘੱਟੋ ਘੱਟ 40-45 ਹਜ਼ਾਰ ਕੇ ਆਸ ਪਾਸ ਆਮਦਨੀ ਹੋਈ ਹੈ। ਹੋਈ ਹੈ ਪਹਿਲੇ ਆਮਦਨੀ, ਪਹਿਲਾਂ ਜਿਹੜੀ ਤੁਸੀਂ ਪਹਿਲਾਂ ਲਾਈ ਸੀ, ਹੁਣ ਰੈਗੂਲਰ ਇਹ 2 ਕਨਾਲਾਂ ਹੋਰ ਲਾਈ ਹੈ। ਚਲੋ ਜੇ ਆਪਾਂ ਗੱਲ ਕਰੀਏ ਜੇ ਆਈਡੀਆ 45 ਹਜ਼ਾਰ ਰੁਪਇਆ ਕਹਿ ਰਿਹਾ ਤਾਂ 50 ਕੁ ਹਜ਼ਾਰ ਰੁਪਏ ਆਪਾਂ ਮੰਨ ਕੇ ਚੱਲਦੇ ਹਾਂ। ਜੇ ਗੱਲ ਕਰੀਏ ਤਾਂ ਆਪਾਂ 4 ਲੱਖ ਰੁਪਈਏ ਬਹੁਤ ਹੋ ਜਾਂਦਾ ਸੀਜ਼ਨ ਮਗਰ ਜੇ ਆਪਾਂ ਕੁੱਟ ਕੇ ਚੱਲੀਏ। ਤਾਂ ਜੇ ਆਪਾਂ ਆਪ ਹੀ ਜੇ ਸਬਜ਼ੀ ਬੰਨੀ ਧਿਆਨ ਦੇਵਾਂਗੇ, 1-1 ਕਿੱਲਾ ਜਾਂ 2-2 ਕਨਾਲਾਂ ਲਾ ਕੇ ਦੇਖਾਂਗੇ ਤਾਂ ਤਕਰੀਬਨ 4 ਲੱਖ ਰੁਪਈਆ ਬਹੁਤ ਹੋ ਜਾਂਦਾ ਸਬਜ਼ੀ ਦੇ ਮੁਤਾਬਕ ਚੱਲੀਏ ਤਾਂ। ਤਾਂ ਆਪਾਂ ਨੂੰ ਲਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਕਿਤੇ ਵੀ ਹੈ। ਤਾਂ ਹੁਣ ਆਪਾਂ 1-1 ਬੂਟੇ ਦੇ ਪ੍ਰੋਡਕਟ ਦੇ ਉੱਤੇ ਗੱਲ ਕਰਾਂਗੇ। ਨਾ ਤਾਂ ਵਾਲੀ ਕੋਈ ਖੇਚਲਾ ਕਰਨੀ ਪੈਂਦੀ ਹੈ, ਤਾਂ ਇਹਦੇ ਵਿੱਚ ਕੋਈ ਜ਼ਿਆਦਾ ਖਿੱਚ ਵੀ ਹੈ ਨਹੀਂ, ਥੋੜ੍ਹਾ ਜਿਹਾ ਕੀ ਹੈ ਸਬਜ਼ੀ ਦੇ ਉੱਤੇ ਧਿਆਨ ਹੀ ਰੱਖਣਾ ਆਪਾਂ ਵੀ ਕਦੋਂ ਪਾਣੀ ਦੇਣਾ ਕਦੋਂ ਸਪਰੇਅ ਕਰਨੀ, ਕੋਈ ਜ਼ਿਆਦਾ ਖੇਚਲਾ ਨਹੀਂ ਕਰਨੀ ਪੈਂਦੀ। ਤਾਂ ਤਕਰੀਬਨ ਮੈਂ ਹੀ ਇੱਕ ਸੁਝਾਵ ਦਿੰਦਾ ਵੀ 1-1 ਕਨਾਲ ਜ਼ਰੂਰ ਲਾ ਕੇ ਦੇਖੋ ਬੈਂਗਣਾਂ ਦੀ ਖੇਤੀ ਬਾਰੇ। ਤਾਂ ਥੋੜ੍ਹੇ ਜਿਹੇ ਪ੍ਰੋਡਕਟਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਬਾਈ ਨਾਲ ਵੀ ਕਿੰਨੇ ਟਾਈਮ 'ਚ ਕਿੰਨੀ ਗਰੋਥ ਕਰਦਾ। ਆ ਜਾਓ ਲੈ ਕੇ ਚੱਲਦੇ ਹਾਂ। ਚੱਲ ਆਪਾਂ ਹੁਣ ਇਹ ਬੂਟਿਆਂ ਬਾਰੇ ਗੱਲ ਕਰਾਂਗੇ। ਮੰਨ ਲਈ ਸਾਨੂੰ ਆਹ ਦਿਖਾ ਵੀ ਇਹ ਜਿਹੜੇ ਇਹ ਬੂਟੇ ਆ ਤੇਰੇ, ਇਹ ਕਿੰਨੇ ਟਾਈਮ ਦਾ ਬੂਟਾ? ਇਹ ਬੂਟਾ 10 ਮਹੀਨੇ ਦਾ ਹੋ ਗਿਆ। ਇਹ 10 ਕੁ ਮਹੀਨਿਆਂ ਦਾ ਇਹ ਬੂਟਾ ਹੈਗਾ। ਠੀਕ ਹੈ, ਆਹ ਬੈਂਗਣ ਕਿੰਨੇ ਦਿਨ ਤੋੜ ਰਹੇ ਹਾਂ? ਚੌਥੇ ਦਿਨ ਕਿ ਦੂਜੇ ਦਿਨ? ਅੱਜ ਇਹ ਚੌਥੇ 5ਵੇਂ ਦਿਨ ਤੋੜ ਰਿਹਾ। ਅਤੇ ਇਹਦਾ ਸਾਈਜ਼ ਵੀ ਬਹੁਤ ਵਧੀਆ ਹੈਗਾ। ਇਹ ਸਾਈਜ਼ ਸਬਜ਼ੀ ਯੋਗ ਹੈ, ਇਹ ਸਬਜ਼ੀ ਯੋਗ ਹੈ। ਜੇ ਵੱਡਾ ਪੁਰਥੇ ਵਾਲਾ ਦਿਖਾ ਸਾਨੂੰ ਵੀ, ਪੁਰਥੇ ਵਾਲਾ ਹੈਗਾ ਆ, ਪੁਰਥੇ ਵਾਲਾ ਆ ਗਿਆ ਆਹ ਚੀਜ਼ ਹੈਗੀ ਹੈ। ਇਹ ਸਾਈਜ਼ ਵੱਡਾ ਹੋ ਗਿਆ? ਇਹ ਵੱਡਾ ਹੋ ਗਿਆ। ਠੀਕ ਹੈ, ਇਸ ਤੋਂ ਹੋਰ ਵੱਡਾ ਤੋੜਨਾ ਹੈ ਅਤੇ ਆਹ ਵੱਡਾ ਗੋਲ 'ਚ ਆ ਗਿਆ। ਇਹ ਗੋਲ 'ਚ ਆ ਗਿਆ, ਆਹ ਬਰਾਠੀ ਹੈਗੀ ਹੈ। ਇਹਨੂੰ ਮੇਨ ਜੇ ਆਪਾਂ ਗੱਲ ਕਰੀਏ ਜਿਹੜਾ ਬੀਜ ਹੈ ਇਹਨੂੰ ਬਰਾਠੀ ਨੂੰ ਬੋਲਦੇ ਕੀ ਹੈ? ਇਹ ਬਰਾਚੀਲ ਬਰਾਠੀ ਹੈਗੀ ਆ, ਜਿਹੜੀ ਜਾਮਣੀ ਬਰਾਠੀ ਬੋਲਦੇ ਹੈ। ਕਾਲੇ ਰੰਗ 'ਚ ਨਹੀਂ ਹੈ, ਪਿਓਰ। ਅੱਛਾ, ਪਿਓਰ ਕਾਲੇ 'ਚ ਹੈ? ਪਿਓਰ ਕਾਲੇ 'ਚ ਹੈ ਨਹੀਂ ਜੀ। ਠੀਕ ਹੈ, ਇਹ ਦੇਸੀ, ਮਤਲਬ ਜਿਹੜਾ ਦੇਸੀ 'ਚ ਬਰਾਠੀ ਹੈ ਇਹ। ਠੀਕ ਹੈ, ਇਹਨੂੰ ਕੋਈ ਉਹ ਨਹੀਂ ਹੈਗਾ, ਕੋਈ ਕਹੇ ਕਿ ਹਾਈਬ੍ਰਿਡ ਹੈ, ਇਹ ਹਾਈਬ੍ਰਿਡ ਹੈ ਨਹੀਂ, ਦੇਸੀ ਹਾਈਬ੍ਰਿਡ, ਦੇਸੀ ਬਰਾਠੀ ਹੈ, ਦੇਸੀ ਹੈ, ਦੇਸੀ ਬਰਾਠੀ ਹੈ। ਠੀਕ ਹੈ, ਬਹੁਤ ਵਧੀਆ। ਅਤੇ ਹੁਣ ਮਤਲਬ ਇਸ 10 ਕੁ ਮਹੀਨਿਆਂ ਦਾ ਤੇਰੇ ਕੋਲ ਆਹ ਹੈਗਾ ਬੂਟੇ ਜਿਹੜੇ ਤਿਆਰ ਹੋਏ ਹੋਏ 10 ਕੁ ਮਹੀਨੇ ਦੇ, ਹੈ ਨਾ? ਤਾਂ ਤੂੰ ਹੁਣ ਮੰਨ ਲਾ ਸੁਬਾਹ ਲੈ ਕੇ ਆਉਂਦਾ ਹੁੰਦਾ, ਇਸ ਟਾਈਮ ਤੋੜ ਕੇ ਲੈ ਜਾਣਾ ਸੁਬਾਹ ਬੋਲੀ 'ਤੇ ਲੈ ਕੇ ਜਾਂਦੇ ਹੋ? ਸੁਬਾਹ ਲੈ ਕੇ ਜਾਊਂਗਾ 5 ਵਜੇ ਮੰਡੀ। ਕਿਹੜੀ ਮੰਡੀ ਲੈ ਕੇ ਜਾਂਦੇ ਹੋ? ਡੱਬ ਵਾਲੀ ਮੰਡੀ ਲੈ ਕੇ ਜਾਊਂਗਾ। ਠੀਕ ਹੈ, ਅਤੇ ਉੱਥੇ 20-22 ਰੁਪਏ ਅੱਜ ਦੇ ਟਾਈਮ ਮਤਲਬ ਸੇਲ ਹੋ ਰਹੀ ਹੈ? 20-22 ਰੁਪਏ ਬੋਲੀ 'ਤੇ ਵਿਕ ਜੂਗਾ। ਜੇ ਆਪਾਂ ਗੱਲ ਕਰੀਏ ਤਾਂ ਅੱਜ ਹੈਗੀ ਹੈ 23 ਤਰੀਕ ਆ, ਚੌਥਾ ਮਹੀਨਾ ਹੈ ਨਾ, ਤਾਂ 2022 ਚੱਲ ਰਿਹਾ ਹੈਗਾ। ਤਾਂ ਸੀਜ਼ਨ ਬਹੁਤ ਵਧੀਆ ਚੱਲ ਰਿਹਾ ਇਹਦਾ। ਜੇ ਬੈਂਗਣਾਂ ਬਾਰੇ ਗੱਲ ਕਰੀਏ ਹੈ ਨਾ, ਇਹ ਮਾਰਚ ਦੇ ਤੋੜੀ ਜਾਂਦੇ ਅਸੀਂ ਦੁਬਾਰਾ। ਅੱਛਾ, ਪਹਿਲਾਂ ਤਾਂ ਫਰਵਰੀ 'ਚ ਜਨਵਰੀ 'ਚ ਬੰਦ ਹੋ ਗਏ ਸੀ ਅਤੇ ਹੁਣ ਦੁਬਾਰਾ ਫੁੱਟ ਕੇ ਚਾਲੂ ਹੋ ਗਏ ਹੈ ਇਹ, ਹੁਣ ਠੀਕ ਚਲੀ ਜਾਂਦੇ ਹੈ। ਇਹਨਾਂ ਨੂੰ ਕੋਈ ਅਜੇ 1 ਮਹੀਨਾ ਹੋ ਗਿਆ, ਨਾ ਕੋਈ ਖਾਦ ਹੈ ਨਾ ਕੁਛ, ਸਪਰੇ ਜ਼ਰੂਰ 2 ਕਰੀਆਂ। ਠੀਕ ਹੈ, ਬਸ 2 ਕਨਾਲਾਂ ਜਗ੍ਹਾ, ਮੈਂ 1.5 ਕਨਾਲ ਜਗ੍ਹਾ ਲਾ ਰੱਖੀ ਹੈ। ਚਲੋ ਬਹੁਤ ਵਧੀਆ ਸਬਜ਼ੀ ਹੈ, ਜੇ ਕਿਸੇ ਨੇ ਲਾਉਣੀ ਹੋਵੇ ਤਾਂ ਜਾਣਕਾਰੀ ਜ਼ਰੂਰ ਲਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।